ਦੇਖੋ ਜੇ ਇਹ ਲੋਕ ਪਾਗਲ ਆ ਪਹਿਲੀ ਗੱਲ ਇਹਨਾਂ ਦੇ ਘਰ ਦੇ ਇਹਨਾਂ ਦਾ ਇਲਾਜ ਕਰਾਉਣਾ ਜੇ ਇਹ ਲੋਕ ਪਾਗਲ ਆ ਮੈਂਟਲੀ ਡਿਸਟਰਬ ਆ ਜੇ ਇਹ ਲੋਕ ਪਾਗਲ ਆ ਫਿਰ ਆਪਣੇ ਭਾਂਡੇ ਬਾਹਰ ਕਿਉਂ ਛੱਡ ਦਿੰਦੇ ਜਾਂ ਕੇ ਆਪਣੇ ਜਵਾਕਾਂ ਨੂੰ ਘਰੋਂ ਕਿਉਂ ਨਹੀਂ ਕੱਢ ਦਿੰਦੇ ਹਾਂਜੀ ਆਪਣੇ ਘਰਾਂ ਤੋਂ ਕੋਈ ਸੋਨਾ ਚਾਂਦੀ ਚੱਕ ਕੇ ਘਰੋਂ ਕਿਉਂ ਨਹੀਂ ਛੱਡ ਦਿੰਦੇ ਕੀ ਇਹਨਾਂ ਨੇ ਗੁਰਦੁਆਰੇ ਵਿੱਚ ਜਾ ਕੇ ਪਾਗਲਪਣਾ ਦਿਖਾਉਣਾ ਸੀ ਜ਼ਿੰਮੇਵਾਰ ਆਪਾਂ ਪ੍ਰਬੰਧਕ ਲੋਕਾਂ ਭਾਵੇਂ ਗੁਰੂਗਰਾ ਸਾਹਿਬ ਅਸੀਂ ਪ੍ਰਕਾਸ਼ ਕੀਤਾ ਹੋਇਆ ਭਾਵੇਂ ਕਾਰਸੇ ਵਾਲਿਆਂ ਪ੍ਰਕਾਸ਼ ਕੀਤਾ ਹੋਇਆ ਭਾਵੇਂ ਸੰਤ ਸਮਾਜ ਨੇ ਪ੍ਰਕਾਸ਼ ਕੀਤਾ ਹੋਇਆ ਜਿਨ੍ਹਾਂ ਨੇ ਪ੍ਰਕਾਸ਼ ਕੀਤਾ ਜ਼ਿੰਮੇਵਾਰ ਔ ਲੋਕਾਂ ਗੁਰੂ ਘਰਾਂ ਨੂੰ ਸਾਨੂੰ ਕੱਲੇ ਗੋਲ ਕਈ ਸੰਭਲਣੀਆਂ ਹੋਣੀਆਂ ਸਾਨੂੰ ਕੱਲਾ ਪੈਸੇ ਗੱਣਨਾ ਆਉਂਦਾ ਸਾਨੂੰ ਕੱਲਾ ਬਜਟ ਦੇ ਦੇਖਣਾ ਆਉਂਦਾ ਹੈ ਬਾਕੀ ਕੀ ਦਿਖਾਂਗੇ ਜੇ ਹਰਮੰਦਰ ਸਾਹਿਬ ਸੇਫ ਨਹੀਂ ਹੈਗਾ ਬਾਕੀ ਕਿਹੜਾ ਗੁਰਦੁਆਰਾ ਸੇਫ ਹੋਊਗਾ ਜਦੋਂ ਬਿਆਦਵੀ ਹੋ ਜਾਂਦੀ ਆ ਉਸ ਤੋਂ ਬਾਅਦ ਤੁਹਾਨੂੰ ਪਹਿਰੇਦਾਰ ਵਿਲੱਭ ਜਾਂਦਾ ਹੈ ਜਦੋਂ ਬਿਆਦਵੀ ਹੋ ਜਾਂਦੀ ਆ ਉਸ ਤੋਂ ਬਾਅਦ ਤੁਹਾਨੂੰ ਕਿਰਪਾਨਾਂ ਵਰਸ਼ਾਂ ਵਾਲੇ ਸਾਰੀ ਲੱਭਦੇ ਆ ਕਦੇ ਬਿਆਦਵੀ ਹਰਮੰਦਰ ਸਾਹਿਬ ਹੁੰਦੀ ਕਦੇ ਬਿਆਦਵੀ ਆ ਕੋਤਵਾਲੀ ਸਾਹਿਬ ਤਾਂ ਨਮਣੀ ਨਵੇਂ ਘਟਨਾ ਕਰਮਾ ਨਾਲ ਉਸ ਤੋਂ ਬਾਅਦ ਕਿਰਪਾਨ ਲੈ ਕੇ ਖੜਨ ਦਾ ਕੰਮ ਕੀ ਆ ਤੁਸੀਂ ਉਸ ਵੀਡੀਓ ਦੇ ਵਿੱਚ ਦੇਖੋ ਗੁਰੂ ਗਰੰਥ ਸਾਹਿਬ ਦੇ ਉੱਤੇ ਜਦੋਂ ਖੰਡਪਾਟ ਸਾਹਿਬ ਚੱਲ ਰਿਹਾ ਮਰੰਡੇ ਕੋਤਵਾਲੀ ਸਾਹਿਬ ਦੇ ਵਿੱਚ ਉਹ ਬੰਦਾ ਸਵੇਂਤ ਜੁੱਤੀਆਂ ਪਾ ਕੇ ਉਸ ਪਵਿੱਤਰ ਸਥਾਨ ਦੇ ਅੰਦਰ ਵੱੜਦਾ ਹੈ। ਗਰਲ ਟੱਪ ਕੇ ਉਹ ਅੰਦਰ ਜਾਂਦਾ ਹੈ। ਮਹਾਰਾਜਾ ਜੀ ਜੁੱਤੀਆਂ ਪਾ ਕੇ ਵੀ ਗਿਆ ਨਾਲ। ਉੱਥੇ ਚੌਰ ਸਾਹਿਬ ਇੱਕ ਬੀਬੀ ਕਰ ਰਹੀ ਆ। ਤੁਸੀਂ ਵੀੜੀਆਂ ਦੇਖੋ। ਉਹਦੇ ਵਿੱਚ ਕੋਈ ਉਸ ਜਗ੍ਹਾ ਦੇ ਉੱਪਰ ਉਸ ਪਵਿੱਤਰ ਸਥਾਨ ਤੇ ਉਸ ਟਾਈਮ ਕੋਈ ਪਹਿਰੇਦਾਰ ਨਹੀਂ। ਕੋਈ ਡੰਡੇ ਸੋਟੇ ਵਾਲਾ ਕੋਈ ਵੀ ਨਹੀਂ। ਪਹਿਲੀ ਗੱਲ ਤੇ ਅੰਦਰ ਖੰਡ ਪਰ ਸਭ ਚੱਲ ਰਿਹਾ ਹੈ। ਅੰਦਰ ਕੇਵਲ ਤੇ ਕੇਵਲ ਗੁਰੂ ਕਾ ਗ੍ਰੰਥੀ ਸਿੰਘ ਮਾਰਾ ਸਾਹਿਬ ਦੀ ਬਾਣੀ ਪੜ ਰਹੀ ਐ ਖੰਡ ਪ੍ਰਸਾਦ ਚੱਲ ਰਿਹਾ ਐ ਬਾਰੋਂ ਮੇਰੇ ਵਰਗੇ ਆਉਣ ਵਾਲਾ ਭਾਵੇਂ ਕੋਈ ਵੀ ਆ ਉਹ ਦਰਵਾਜੇ ਤੋਂ ਨਮਸਕਾਰ ਕਰੇ ਢਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੇ ਮੈਂ ਹਾਂ ਗਗਨ ਸ਼ਕਲਾ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਜਿੱਥੇ ਬੇहद ਦੁਖਤ ਨੇ ਉੱਥੇ ਹੀ ਹਰ ਇੱਕ ਇਨਸਾਨ ਦੇ ਜਿਹੜੇ ਨੇ ਉਹ ਹਿਰਦੇ ਵਲੁੰਦਰਦੇ ਨੇ ਪਰ ਇਹ ਹੁੰਦੀਆਂ ਕਿਉਂ ਨੇ ਸਾਡੀ ਜ਼ਿੰਮੇਵਾਰੀ ਕੀ ਹੈ ਇਹ ਬਹੁਤ ਸਾਰੇ ਸਵਾਲ ਖੜੇ ਹੋ ਜਾਂਦੇ ਨੇ ਰੀਸੈਂਟ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਦੇ ਵਿੱਚ ਹੋਈ ਬੇਅਦਬੀ ਸਭ ਤੋਂ ਵੱਡੀ ਘਟਨਾ ਹੈ ਉਸੇ ਸ਼ਹਿਰ ਦੇ ਵਿਅਕਤੀ ਵੱਲੋਂ ਇਸ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ तमाम ਘਟਨਾਕ੍ਰਮ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਭਾਈ ਸੁਖਬੀਰ ਸਿੰਘ ਕੰਦੋਲੇ ਵਾਲੇ ਮੌਜੂਦ ਨੇ ਆ ਬਾਬਾ ਜੀ ਬਹੁਤ ਸਵਾਗਤ ਹੈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹਿ ਧੰਨਵਾਦ ਹੈ ਜੀ ਡੇਲੀ ਪੋਸਟ ਦਾ ਜੀ ਬਾਬਾ ਜੀ بڑا ਸਵਾਲ ਹੈ ਤਾਂ ਨਾ ਤਾਂ ਸਵਾਲ ਜ਼ਹਿਨ ਦੇ ਵਿੱਚ ਬਹੁਤ ਨੇ ਪਰ ਆਪਣੇ ਆਪ ਤੋਂ ਹੀ ਸ਼ੁਰੂ ਕਰ ਲੈਣੇ ਆ ਠੀਕ ਹੈ ਜੀ ਸਾਡੀ ਕਿੰਨੀ ਜ਼ਿੰਮੇਵਾਰੀ ਹੈ ਬਾਬਾ ਜੀ ਤੁਹਾਡੀ ਕਿੰਨੀ ਜ਼ਿੰਮੇਵਾਰੀ ਹੈ ਆਪਣੀ ਕਿੰਨੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਜਿਨ੍ਹਾਂ ਨੂੰ ਪਿਤਾ ਤੋਂ ਵਿਵਾਦ ਦਾ ਦਰਜਾ ਦੰਨੇ ਆ ਤਾਂ ਉਸ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਸਾਡੀ ਕਿੰਨੀ ਜ਼ਿੰਮੇਵਾਰੀ ਹੈ ਸਭ ਤੋਂ ਵੱਡੀ ਜ਼ਿੰਮੇਵਾਰੀ ਉਹਨਾਂ ਲੋਕਾਂ ਦੀ ਹੁੰਦੀ ਆ ਜਿਹੜੇ ਲੋਕ ਉੱਥੋਂ ਦੇ ਪ੍ਰਬੰਧਕ ਨੇ ਜਿਹੜੇ ਲੋਕ ਉੱਥੋਂ ਦੀ ਗੋਲਕ ਤੇ ਕਬਜ ਨੇ ਹੂੰ ਜੀ ਰੌਲਾ ਅੱਜ ਦੇ ਟਾਈਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਹੈਗਾ ਹੂੰ ਰੌਲਾ ਅੱਜ ਦੇ ਟਾਈਮ ਗੋਲਕ ਦਾ ਹੈ ਹੂੰ ਜਦੋਂ ਜਿਹੜੇ ਉੱਥੋਂ ਦੇ ਪ੍ਰਬੰਧਕਾਂ ਉਹ ਏਸੀ ਕਮਰਿਆਂ 'ਚ ਪਏ ਆ ਹੂੰ ਤੁਸੀਂ ਉਸ ਵੀਡੀਓ ਦੇ ਵਿੱਚ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜਦੋਂ ਖੰਡਪਾਠ ਸਾਹਿਬ ਚੱਲ ਰਿਹਾ ਮਰੰਡੇ ਕੋਤਵਾਲੀ ਸਾਹਿਬ ਦੇ ਵਿੱਚ ਹੂੰ ਉਹ ਬੰਦਾ ਸਮੇਤ ਜੁੱਤੀਆਂ ਪਾ ਕੇ ਉਸ ਪਵਿੱਤਰ ਸਥਾਨ ਦੇ ਅੰਦਰ ਵੜਦਾ ਹੈ ਗ੍ਰਿਲ ਟੱਪ ਕੇ ਉਹ ਅੰਦਰ ਜਾਂਦਾ ਮਹਾਰਾਜ ਜੀ ਜੁੱਤੀਆਂ ਪਾ ਕੇ ਵੀ ਗਿਆ ਨਾਲੋਂ ਤੁਸੀਂ ਵੀਡੀਓ ਦੇਖੋ ਉੱਥੇ ਚੌਰ ਸਾਬ ਇੱਕ ਬੀਬੀ ਕਰ ਰਹੀ ਆ ਤੁਸੀਂ ਵੀਡੀਓ ਦੇਖੋ ਜੀ ਉਹਦੇ ਵਿੱਚ ਕੋਈ ਉਸ ਜਗ੍ਹਾ ਦੇ ਉੱਪਰ ਉਸ ਪਵਿੱਤਰ ਸਥਾਨ ਤੇ ਉਸ ਟਾਈਮ ਕੋਈ ਪਹਿਰੇਦਾਰ ਨਹੀਂ ਕੋਈ ਡੰਡੇ ਸੋਟੇ ਵਾਲਾ ਕੋਈ ਵੀ ਨਹੀਂ ਅਸੀਂ ਜ਼ਿੰਮੇਵਾਰ ਆਪ ਆ ਪ੍ਰਬੰਧਕ ਲੋਕਾਂ ਭਾਵੇਂ ਗੁਰੂਗਰਾਂ ਸਭ ਅਸੀਂ ਪ੍ਰਕਾਸ਼ ਕੀਤਾ ਹੋਇਆ ਹੈ ਭਾਵੇਂ ਕਾਰਸੇ ਵਾਲਿਆਂ ਪ੍ਰਕਾਸ਼ ਕੀਤਾ ਹੋਇਆ ਭਾਵੇਂ ਸੰਤ ਸਮਾਜ ਨੇ ਪ੍ਰਕਾਸ਼ ਕੀਤਾ ਹੋਇਆ ਜਿਨ੍ਹਾਂ ਨੇ ਪ੍ਰਕਾਸ਼ ਕੀਤਾ ਜੁम्मेवार ਔ ਲੋਕਾਂ ਹਾਂਜੀ ਕਿਉਂਕਿ ਜਦੋਂ ਬਿਆਦਵੀ ਹੋ ਜਾਂਦੀ ਆ ਉਸ ਤੋਂ ਬਾਅਦ ਤੁਹਾਨੂੰ ਪਹਿਰੇਦਾਰ ਵੀ ਲੱਭ ਜਾਂਦਾ ਜਦੋਂ ਬਿਆਦਵੀ ਹੋ ਜਾਂਦੀ ਆ ਉਸ ਤੋਂ ਬਾਅਦ ਤੁਹਾਨੂੰ ਕਿਰਪਾਨਾਂ ਵਰਸ਼ਾਂ ਵਾਲੇ ਸਾਰੀ ਲੱਭਦੇ ਆ ਕਦੇ ਬਿਆਦਵੀ ਹਰਮੰਦਰ ਸਾਹਿਬ ਹੁੰਦੀ ਕਦੇ ਬਿਆਦਵੀ ਆ ਕੋਤਵਾਲੀ ਸਾਹਿਬ ਤਾਂ ਨਮਣੀ ਨਵੇਂ ਘਟਨਾ ਕਰਮਾ ਨਾ ਉਸ ਤੋਂ ਬਾਅਦ ਕਿਰਪਾਨ ਲੈ ਕੇ ਖੜਨ ਦਾ ਕੰਮ ਕੀਆ ਕੀ ਆ ਇੱਕ ਤੁਸੀਂ ਕਹਿੰਦੇ ਸੀਸੀਟੀਵੀ ਲਗਾਤਾ ਇੱਕ ਉਹ ਸਕਿਉਰਿਟੀ ਥੋੜੀ ਆ ਕਿਸਨ ਵੱਧ ਤੋਂ ਫੜ ਕੇ ਥੋੜੀ ਰੁਕ ਲੋਗਾ ਹਾਂਜੀ ਇਹ ਤਾਂ ਕੈਮਰੇ ਕੈਮਰੇ ਕਾਫੀ ਨਹੀਂ ਹੈਗੇ ਕੈਮਰਾ ਕੋਈ ਬਹੁਤਾ ਵੱਡਾ ਚੀਜ਼ ਨਹੀਂ ਅਸੀਂ ਕਹਿੰਦੇ ਹਾਂ ਕੋਤਵਾਲੀ ਸਾਹਿਬ ਜਿੱਥੇ ਨਮਸਕਾਰ ਕਰਦੇ ਹਾਂ ਬਹੁਤ ਛੋਟੀ ਜਗ੍ਹਾ ਹੈ ਬਹੁਤ ਹੀ ਖੁੱਲੀ ਸਪੇਸ ਨਹੀਂ ਹੈਗੀ ਠੀਕਾ ਅੱਜ ਦੇ ਟਾਈਮ ਵਿੱਚ ਟਫਨ ਸ਼ੀਸ਼ਾ ਲਗਾਇਆ ਜਾਵੇ ਗੁਰੂ ਪਾਤਸ਼ਾਹ ਦੇ ਬਾਹਰੋਂ ਦਰਸ਼ਨ ਹੋ ਰਹੇ ਆ ਅੰਦਾ ਅੰਦਰ ਬੰਦਾ ਐਂਟਰੀ ਨਾ ਹੋਵੇ ਪਹਿਲੀ ਗੱਲ ਤੇ ਅੰਦਰਖੰਡ ਪਰ ਸਭ ਚੱਲ ਰਿਹਾ ਹੈ ਅੰਦਰ ਕੇਵਲ ਤੇ ਕੇਵਲ ਗੁਰੂ ਕਾ ਗ੍ਰੰਥੀ ਸਿੰਘ ਮਹਾਰਾਜ ਸਾਹਿਬ ਦੀ ਬਾਣੀ ਪੜ ਰਹੀ ਹੈ ਅਖੰਡ ਪੜ ਸਾਧ ਚੱਲ ਰਿਹਾ ਹੈ ਬਾਹਰੋਂ ਮੇਰੇ ਵਰਗੇ ਆਉਣ ਵਾਲਾ ਭਾਵੇਂ ਕੋਈ ਵੀ ਆ ਉਹ ਦਰਵਾਜੇ ਤੋਂ ਨਮਸਕਾਰ ਕਰੇ ਹਾਂਜੀ ਹੋ ਸਕਦਾ ਹੈ ਕਿ ਆ ਇਹ ਜ਼ਰੂਰੀ ਥੋੜੀਆ ਵੀ ਹਰ ਚੀਜ਼ ਅਸੀਂ ਤਖਤ ਸ੍ਰੀ ਹਜ਼ੂਰ ਸਾਹਿਬ ਜਾਂਦੇ ਹਾਂ ਉੱਥੇ ਜਦੋਂ ਅਸੀਂ ਪਾਤਸ਼ਾਹ ਦੇ ਅੰਗਠਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਅਸੀਂ ਬਾਹਰੋਂ ਨਮਸਕਾਰ ਕਰਦੇ ਹਾਂ ਅੱਛਾ ਉੱਥੇ ਸ਼ੀਸ਼ਾ ਲੱਗਿਆ ਉੱਥੇ ਅੰਦਰ ਅੰਦਰ ਜਾਣਾ ਕਿਸੇ ਨੂੰ ਲੋੜ ਨਹੀਂ ਅੰਦਰ ਕੁਮੋਨੀ ਜੀ ਜਾਣੇ ਆ ਇਹ ਚੀਜ਼ਾਂ ਨੂੰ ਪਵਿੱਤਰ ਬਣਾਇਆ ਜਾਵੇ ਅਸੀਂ ਲੋਕਾਂ ਨੇ ਇਹਨਾਂ ਚੀਜ਼ਾਂ ਦੇ ਉੱਪਰ ਭੀੜ ਕਰਕੇ ਇਹਨਾਂ ਨੂੰ ਅਪਵਿੱਤਰ ਕਰ ਦਿੱਤਾ ਹੈ ਇਹਦੀ ਮਾਣ ਮਰਿਆਦਾ ਘਟਾਤੀ ਆ ਇਸ ਕਰਕੇ ਬੇਨਤੀ ਆ ਵੀ ਜਿਹੜੀਆਂ ਇਹ ਘਟਨਾ ਕਰਮ ਹੋ ਰਹੇ ਆ ਭਾਈਚਾਰਾ ਕੌਣ ਖਰਾਬ ਕਰ ਰਿਹਾ ਹੈ ਬਹੁਤ ਚੀਜ਼ਾਂ ਹੁੰਦੀਆਂ ਇੱਕ ਟਾਰਗੇਟ ਮਿੱਥ ਕੇ ਜਿਹੜਾ ਉਹ ਬੇਅਦਬੀ ਕੀਤੀ ਜਾਂਦੀ ਆ ਲੱਗਦਾ ਬਾਬਾ ਜੀ ਮੈਂ ਸਵਾਲ ਲੈ ਲਓ ਮੇਰਾ ਉਹ ਕਹਿੰਦੇ ਨੇ ਬਹੁਤ ਸਾਰੇ ਜਦੋਂ ਕੇਸ ਚੱਲਦਾ ਧਾਰਾ ਲੱਗਦੀ ਆ ਤਾਂ ਕਹਿੰਦੇ ਮਾਨਸਿਕ ਪਰੇਸ਼ਾਨੀ ਆ ਤਾਂ ਬਾਬਾ ਜੀ ਲੱਗਦਾ ਨਹੀਂ ਇਹ ਲੋਕ ਗੁਰੂ ਘਰੀ ਕਿਉਂ ਜਾਂਦੇ ਨੇ ਇਹ ਲੋਕ ਗੁਰੂ ਗ੍ਰੰਥ ਸਾਹਿਬ ਕੋਲ ਹੀ ਕਿਉਂ ਜਾਂਦੇ ਨੇ ਮਿੱਥ ਕੇ ਟਾਰਗੇਟ ਰਸਤੇ 'ਚ ਬਹੁਤ ਲੋਕ ਮਿਲਦੇ ਹੋਣੇ ਉਹਨਾਂ ਨਾਲ ਛੇੜਖਾਨੀ ਤਾਂ ਹੁੰਦੀ ਨਹੀਂ ਹੈਗੀ ਬਿਲਕੁਲ ਦੇਖੋ ਜੇ ਇਹ ਲੋਕ ਪਾਗਲ ਆ ਪਹਿਲੀ ਗੱਲ ਇਹਨਾਂ ਦੇ ਘਰ ਦੇ ਇਹਨਾਂ ਦਾ ਇਲਾਜ ਕਰਾਉਣਾ ਜੇ ਇਹ ਲੋਕ ਪਾਗਲ ਆ ਮੈਂਟਲੀ ਡਿਸਟਰਬ ਆ ਜੇ ਇਹ ਲੋਕ ਪਾਗਲ ਆ ਫਿਰ ਆਪਣੇ ਭਾਂਡੇ ਬਾਹਰ ਕਿਉਂ ਨਹੀਂ ਸੜਤੋਂ ਦਾ ਜਾ ਕੇ ਆਪਣੇ ਜਵਾਕਾਂ ਨੂੰ ਘਰੋਂ ਕਿਉਂ ਨਹੀਂ ਕੱਢ ਦਿੰਦੇ ਹਾਂਜੀ ਆਪਣੇ ਘਰਾਂ ਤੋਂ ਕੋਈ ਸੋਨਾ ਚਾਂਦੀ ਚੱਕ ਕੇ ਘਰੋਂ ਕਿਉਂ ਨਹੀਂ ਛੱਡ ਦਿੰਦੇ? ਕੀ ਆ ਇਹਨਾਂ ਨੇ ਗੁਰਦੁਆਰੇ ਵਿੱਚ ਜਾ ਕੇ ਪਾਗਲਪਣਾ ਦਿਖਾਉਣਾ ਹੈ? ਸਿਰਫ ਘਾਟ ਇਹ ਆ ਪਾਗਲਪੁਗਲ ਕੋਈ ਨਹੀਂ ਹੈਗਾ ਛਿੱਤਰਾਂ ਦੀ ਘਾਟ ਹੈ ਇਹਨਾਂ ਨੂੰ। ਹਾਂਜੀ ਹੋਰ ਧਾਰਮਿਕ ਸਥਾਨ ਕੋਈ ਵੀ ਹੋਵੇ। ਬਿਆਦਵੀ ਰਮੈਣ ਦੀ ਹੋ ਜਾਵੇ ਸਾਨੂੰ ਤਾਂ ਵੀ ਉਦਾਂ ਹੀ ਸਤਕਾਰ ਹੁੰਨਾ ਹੀ ਆ। ਬਿਆਦਵੀ ਕੁਰਾਨ ਸ਼ਰੀਫ ਦੀ ਹੋਵੇ ਸਾਨੂੰ ਤਾਂ ਵੀ ਦੁੱਖ ਨਹੀਂ ਆ। ਬਿਆਦਵੀ ਗੁਰੂ ਗ੍ਰੰਥ ਸਾਹਿਬ ਦੀ ਹੋਵੇ ਸਾਨੂੰ ਤਾਂ ਵੀ ਉਹਨਾਂ ਹੀ ਦੁੱਖਾ ਕਿਉਂਕਿ ਗੁਰਦੁਆਰਾ ਸਾਹਿਬ ਵਿੱਚ ਹਰ ਇੱਕ ਧਰਮ ਦਾ ਬੰਦਾ ਆਉਂਦਾ ਹੈ ਇਸ ਕਰਕੇ ਇਹ ਲੋਕ ਜਾਣ ਬੁੱਝ ਕੇ ਪਾਗਲ ਬਣਦੇ ਆ ਬਾਣੀ ਵਿੱਚ ਓਵਰ ਨਾ ਦੀ ਸੰਜੀ ਹਾਂ ਬਿਲਕੁਲ ਜੀ ਇਸ ਕਰਕੇ ਲੋਕ ਪਾਗਲਪੁਣਾ ਦਿਖਾਉਂਦੇ ਆ ਜਦੋਂ ਇਹਨਾਂ ਲੋਕਾਂ ਨੂੰ ਘੋਖ ਕੇ ਦੇਖਿਆ ਜਾਵੇ ਤਾਂ ਜ਼ਿਆਦਾਤਰ ਇਹ ਲੋਕ ਉੱਥੋਂ ਦੇ ਪ੍ਰਬੰਧਕਾਂ ਦੇ ਨਜ਼ਦੀਕ ਕਿੰਨੀ ਨਜ਼ਦੀਕੀ ਨਿਕਲਣਗੇ ਹੂੰ ਜਿਹੜੇ ਲੋਕਾਂ ਨੇ ਬੇਦਬੀ ਕੀਤੀ ਆ ਉਹਨਾਂ ਦੇ ਨਜ਼ਦੀਕੀ ਆਉਣਗੇ ਉਹਨੂੰ ਬਚਾਇਆ ਗਿਆ ਉਸ ਬੰਦੇ ਨੂੰ ਬਚਾਇਆ ਗਿਆ ਨਜ਼ਦੀਕੀ ਸੀਗਾ ਹੁੰਦਾ ਕੋ ਮਾਤੜ ਕੁੱਟਕੁੱਟ ਕੇ ਮਾਰ ਦਿੰਦਾ ਸੀ ਲੋਕਾਂ ਨੇ ਇਹ ਆਪਣੇ ਹੁੰਦੇ ਆ ਕੋਈ ਹੋਰ ਨਹੀਂ ਕੋਈ ਵੀ ਆ ਕਿਸੇ ਦਾ ਵੀ ਪਰ ਬਾਬਾ ਜੀ ਲੱਗਦਾ ਨਹੀਂ ਹੈਗਾ ਪਰਦੇ ਦੇ ਪਿੱਛੇ ਕੁਝ ਹੋ ਸਕਦਾ ਕਿਉਂਕਿ ਜ਼ਿਆਦਾਤਰ ਜੇ ਬੇਦਬੀ ਦੀ ਘਟਨਾ ਹੋਵੇ ਤਾਂ ਉਹ ਪੰਜਾਬ ਦੇ ਵਿੱਚ ਹੀ ਵੇਖਣ ਨੂੰ ਮਿਲਦੀਆਂ ਤਾਂ ਲੱਗਦਾ ਨਹੀਂ ਕਿ ਪੰਜਾਬ ਦੀ ਸ਼ਾਂਤੀ ਨੂੰ ਟਾਰਗੇਟ ਕੀਤਾ ਜਾ ਰਿਹਾ ਪੰਜਾਬ ਦੇ ਭਾਈਚਾਰੇ ਨੂੰ ਟਾਰਗੇਟ ਕੀਤਾ ਦੇਖੋ ਜੇ ਪੰਜਾਬ ਤਾਂ ਹਰ ਟਾਈਮ ਹਿੱਟ ਲਿਸਟ ਵਿੱਚ ਰਿਹਾ ਹੈ ਸਾਨੂੰ ਪੰਜਾਬੀਆਂ ਨੂੰ ਝੱਲਦਾ ਕੌਣ ਆ ਪਹਿਲਾ ਪੁਆਇੰਟ ਤੇ ਇਹ ਆ ਨਾ ਜੇ ਆਪਾਂ ਇਸ ਵਿਸ਼ੇ ਤੇ ਬੋਲੀਏ ਫਿਰ ਬਹੁਤ ਕੁਛ ਹੈ ਜੀ ਪੰਜਾਬੀਆਂ ਨੂੰ ਝੱਲਦਾ ਕੌਣ ਆ ਪੰਜਾਬੀਆਂ ਨੂੰ ਤਾਂ ਟਾਰਗੇਟ ਕੀਤਾ ਗਿਆ ਹੁਣ ਤੱਕ ਕੀਤਾ ਹੀ ਜਾਂਦਾ ਹੀ ਰਹਿਣਾ ਇਹਨੂੰ ਠੀਕ ਆ ਨਾ ਗੱਲ ਜੀ ਇਹਦੇ ਪਿੱਛੇ ਸਿਆਸਤ ਅੱਜ ਤੋਂ ਨਹੀਂ ਹੁੰਦੀ ਆਈ ਕਿੰਨੇ ਸਾਲਾਂ ਤੋਂ ਹੀ ਹੁੰਦੀ ਆ ਇਹ ਬੇਅਦਬੀਆਂ ਦਾ ਸਿਲਸਲਾ ਸਾਨੂੰ ਆਪ ਲੋਕਾਂ ਨੂੰ ਤੱਕੜੇ ਹੋਣਾ ਪਊਗਾ ਗੁਰੂ ਘਰਾਂ ਦਾ ਜਿਹੜਾ ਅਸੀਂ ਕਹਿੰਨੇ ਆ ਵੀ ਆਪਾਂ ਕਹਿੰਦੇ ਗੁਰੂ ਘਰ ਘਟ ਹੋਣਾ ਕੱਟ ਨਹੀਂ ਹੁਣ ਅਸੀਂ ਕਹਿੰਦੇ ਜਿੰਨੇ ਮਰਜ਼ੀ ਹੋਣ ਦੁਬਈ ਦੇ ਵਿੱਚ ਕਿੰਨੀਆਂ ਮਸਜਿਦਾਂ ਹਨ ਅਰਬ ਕੰਟਰੀਆਂ ਚ ਹਰੇਕ ਮਹੱਲੇ ਚ ਮਸਜਿਦ ਬਣੀ ਹੋਈ ਆ ਉਹ ਕਹਿੰਨੇ ਵੀ ਕੱਟ ਕਰੋ ਨਹੀਂ ਅਸੀਂ ਕਹਿੰਨੇ ਹੋਵੇ ਸਾਡਾ ਪਿੰਡ ਦਾ ਛੋਟਾ ਜਿਹਾ ਜਿਹੜੇ ਆ ਮੋਗੇ ਸਾਈਡ ਵੱੜਜੋ ਬਹੁਤ ਵੱਡੇ ਵੱਡੇ ਪਿੰਡਾਂ ਜਿਹੜੇ ਜਿਹੜੇ ਬੰਦੇ ਦੇ ਘਰ ਤੋਂ 4 ਕਿਲੋਮੀਟਰ ਦੂਰ ਗੁਰਦੁਆਰਾ ਕਿਵੇਂ ਚੱਲ ਕੇ ਜਾਊਗਾ ਅਸੀਂ ਕਹਿੰਨਾ ਗੁਰਦਾਰੇ ਹੋਣ ਜਿਹੜਾ ਤੁਹਾਡੇ ਘਰ ਦੇ ਲਾਗ ਗੁਰਦਾਰੇ ਉੱਥੇ ਨਮਸਕਾਰ ਕਰੋ ਹਾਂਜੀ ਕਰੋ ਉੱਥੇ ਨਮਸਕਾਰ ਕਰੋ ਪਰ ਗੁਰੂ ਘਰ ਤਾਂ ਬਣਾਓ ਜੇ ਤੁਸੀਂ ਉਹਨੂੰ ਸੰਭਾਲ ਸਕਦੇ ਆ ਹਾਂਜੀ ਉਹਨੂੰ ਜੇ ਤੁਸੀਂ ਉਹਦਾ ਪ੍ਰਬੰਧ ਕਰ ਸਕਦੇ ਆ ਅਸੀਂ ਸਾਡੇ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ਾ ਸਾਡੇ ਇੱਥੋਂ ਤੱਕ ਰਾਤ ਨੂੰ ਵੀ ਸਾਡਾ ਬੰਦਾ ਦਰਵਾਜ਼ੇ ਦੇ ਵਿੱਚ ਸੌਂਦਾ ਹੈ ਕਰੋ ਤੁਹਾਨੂੰ ਆਪਣੀ ਜ਼ਿੰਮੇਵਾਰੀ ਆਪ ਰੱਖਣੀ ਪਊਗੀ ਅਸੀਂ ਬਿਆਦਮੀਆਂ ਦੇ ਜ਼ਿੰਮੇਵਾਰ ਨਾ ਹਿੰਦੂ ਆ ਨਾ ਮੁਸਲਮਾਨ ਆ ਨਾ ਸਾਈ ਆ ਨਾ ਜੈਨੀਆਂ ਨਾ ਬੋਧੀ ਅਸੀਂ ਸਿੱਖ ਸਰਦਾਰ ਜ਼ਿੰਮੇਵਾਰਾਂ ਇਸ ਚੀਜ਼ ਤੇ ਲੱਗਦੀ ਇਹ ਚੀਜ਼ ਤੁਹਾਨੂੰ ਬਿਲਕੁਲ ਜ਼ਿੰਮੇਵਾਰਾਂ ਜੀ ਕਿਵੇਂ ਗੁਰੂਕਰਨ ਚ ਸਾਨੂੰ ਕੱਲੇ ਗੋਲ ਕਈ ਸੰਭਲਣੀਆਂ ਹੋਣੀਆਂ ਸਾਨੂੰ ਕੱਲਾ ਪੈਸੇ ਗੱਣਨਾ ਆਉਂਦਾ ਸਾਨੂੰ ਕੱਲਾ ਬਜਟ ਦੇ ਦੇਖਣਾ ਆਉਂਦਾ ਹੈ ਬਾਕੀ ਕੀ ਦੇਖਾਂਗੇ ਜੇ ਹਰਮੰਦਰ ਸਾਹਿਬ ਸੇਫ ਨਹੀਂ ਹੈਗਾ ਬਾਕੀ ਕਿਹੜਾ ਗੁਰਦੁਆਰਾ ਸੇਫ ਹੋਊਗਾ ਇਹ ਤਾਂ ਗੱਲ ਤੁਸੀਂ ਮੰਨੋਗੇ ਨਾ ਉਹਨਾਂ ਜਿਨ੍ਹਾਂ ਦਾ ਪ੍ਰਬੰਧ ਅਸੀਂ ਕਰ ਨਹੀਂ ਸਕਦੇ ਮੇਰੀ ਗੱਲ ਤਾਂ ਕੌੜੀ ਲੱਗੋਗੀ ਨਾ ਕਿਹੜਾ ਬੰਦਾ ਆਪਾਂ ਕਹੋਗੇ ਫਲਾਣੇ ਨੇ ਕਰਾਇਆ ਜਰ ਜਿਹੜਾ ਬੰਦਾ ਨਾ ਕਿਸੇ ਰਾਜਗੱਦੀ ਤੇ ਪਹੁੰਚਵੇ ਨਾ ਜਿਹੜਾ ਕੋਈ ਵੀ ਬੰਦਾ ਭਾਵੇਂ ਮੋਦੀ ਆ ਭਾਵੇਂ ਬਾਦਲ ਆ ਭਾਵੇਂ ਕੈਪਟਨ ਆ ਕੋਈ ਵੀ ਜਿਹੜਾ ਬੰਦਾ ਰਾਜ ਗੱਦੀ ਤੇ ਪਹੁੰਚ ਜਾਵੇ ਨਾ ਕਦੇ ਵੀ ਉਹ ਕਦੇ ਧਰਮ ਤੇ ਟੈਕ ਨਹੀਂ ਕਰਦਾ ਹੁੰਦਾ ਕਦੇ ਵੀ ਉਹ ਸਤਕਾਰ ਹੀ ਕਰੂਗਾ ਉਹਦੇ ਪਿੱਛੇ ਲੋਕ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਚੀਜ਼ਾਂ ਰਚਿਆ ਕਰਦੇ ਆ ਪਰ ਅਸੀਂ ਜ਼ਿੰਮੇਵਾਰ ਆ ਆਪਾਂ ਅਸੀਂ ਲੋਕਾਂ ਨੇ ਗੋਲਕਾਂ ਵੱਲ ਧਿਆਨ ਦਿੱਤਾ ਪਰ ਅਸੀਂ ਪ੍ਰਬੰਧ ਨਹੀਂ ਚਲਾ ਸਕਕੇ ਸੀ ਸੰਭਾਲ ਨਹੀਂ ਕਰ ਸਕਕੇ ਹਾਂਜੀ ਇਹ ਚੀਜ਼ ਆ ਜੀ ਬਹੁਤ ਮਿਹਰਬਾਨੀ ਵੱਡੀ ਗੱਲ ਆਖੀ ਐ ਹਾਲਕੀ ਆਪਣੀਆਂ ਜ਼ਿੰਮੇਵਾਰੀਆਂ ਛੱਡ ਕੇ ਅਸੀਂ ਦੂਜੇ 'ਚ ਸੁੱਟ ਦਿੰਨੇ ਆ ਪਰ ਭਾਈ ਸੁਖਵੀਰ ਸਿੰਘ ਦਾ ਕਹਿਣਾ ਹੈ ਕਿ ਅਸੀਂ ਖੁਦ ਇਹਨਾਂ ਚੀਜ਼ਾਂ ਦੇ ਭੁੱਗੀਆਂ ਸਾਨੂੰ ਖੁਦ ਐਕਸ਼ਨ ਲੈਣੇ ਚਾਹੀਦੇ ਸੀ ਕਿ ਅਸੀਂ ਸਹੀ ਪ੍ਰਬੰਧ ਚਲਾ ਰਹੇ ਆ ਵੱਡਾ ਕੁਐਸਚਨ ਮਾਰਕ ਹੈ ਕਿ ਗੁਰਦੁਆਰਿਆਂ ਦੇ ਵਿੱਚ ਉਹ ਪ੍ਰਬੰਧ ਸਹੀ ਨੇ ਕਿਵੇਂ ਬੇਅਦਮੀਆਂ ਰੋਕੀਆਂ ਜਾ ਸਕਦੀਆਂ ਨੇ ਕਿਉਂਕਿ ਕਿਤਨਾ ਕਿਤੇ ਸਾਡੀਆਂ ਖੁਦ ਦੀਆਂ ਗਲਤੀਆਂ ਨੇ ਜਿਸ ਦੇ ਚੱਲਦੇ ਹੋਏ ਇੱਕ ਹਮਿਆਜਾ ਪੁਗਤਣਾ ਪੈ ਰਿਹਾ ਉਹ ਕੌਣ ਲੋਕ ਨੇ ਜੋ ਪੰਜਾਬ ਦਾ ਭਾਈਚਾਰਾ ਖਰਾਬ ਕਰ ਰਹੇ ਨੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਲਈ ਗੁਰੂ ਗ੍ਰੰਥ ਸਾਹਿਬ ਦਾ ਸਨਮਾਨ ਬਰਕਰਾਰ ਰੱਖਣ ਲਈ ਤਾਂ ਸਾਨੂੰ ਖੁਦ ਨੂੰ ਹੋਰ ਕਰਨ ਫੈਸਲੇ ਕਰਨੇ ਪੈਣਗੇ। ਸੁਰੋੜਾ ਇੱਕ ਚੁਟਤਾ ਦੇ ਨਾਲ ਭਾਈਚਾਰਕ ਸਾਂਝ ਬਣਾ ਕੇ ਰੱਖਣ ਦੀ ਤਾਂਕੀ ਪੰਜਾਬ ਹਮੇਸ਼ਾ ਸਾਂਝੀ ਵਾਰਤਾ ਦਾ ਸੁਨੇਹਾ ਦਿੰਦਾ ਰਹੇ। ਕੈਮਰਾਮੈਨ ਰੋਸ਼ਨ ਦੇ ਨਾਲ ਗगन ਸ਼ਕਲਾਡੇ ਲਈ ਪੋਸਟ ਪੰਜਾਬੀ